रवि उड़ान इहदा मैनूं सर ने प्रोजैक्ट इंचार्ज लगाया होया है ते इह प्रोजैक्ट है जिहड़ा सबक साल पहला शुरू किया सीगा तकरीबन 35 किताबां छापनियां बच्चों दीआं ते हुण इक दो रोजा अंतरराष्ट्री बाल लेखक कानफ्रेंस जिहड़ी 16 ते 17 नवंबर नूं मस्तुआणा साहब हो रही है उहदे संबंध विच जिहड़ी इह प्रैस कॉन्फ्रेंस हो रही है उहदे लई अग्गे जिहड़ी सारी डिटेल है ਉਹ ਸ੍ਰੀ ਸੁਖੀ ਵਾੜ ਜੀ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਜੋ ਕਿ ਸਾਰੇ ਪ੍ਰੋਜੈਕਟ ਲਈ ਸਾਡੇ ਸਰਪ੍ਰਸਤ ਨੇ ਸਾਰਾ ਖਰਚਾ ਕਰ ਰਹੇ ਨੇ ਉਹ ਅੱਗੇ ਇਸ ਪ੍ਰੋਜੈਕਟ ਬਾਰੇ ਪੂਰੀ ਜਿਹੜੀ ਜਾਣਕਾਰੀ ਸ੍ਰੀ ਸੁਖੀ ਵਾੜ ਜੀ ਦੇਣਗੇ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤੇ ਮੈਂ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਦਾ ਭਗਵਾਨ ਜੀ ਦਾ ਅੱਲਾਹ ਤਾਲਾ ਦਾ ਕਿ ਅੱਜ ਆਪਾਂ ਨੂੰ ਇੱਕ ਬਹੁਤ ਸੋਹਣਾ ਦਿਨ ਨਸੀਬ ਹੋਇਆ ਹੈ ਦੋਸਤੋ ਮੇਰਾ ਨਾਂ ਸੁੱਖੀ ਬਾਠ ਹੈ ਮੈਂ ਤਕਰੀਬਨ 50 ਸਾਲ ਤੋਂ ਕੈਨੇਡਾ 'ਚ ਰਹਿ ਰਿਹਾ ਆਪਣੇ ਪਰਿਵਾਰ ਸਮੇਤ ਜਲੰਧਰ ਜ਼ਿਲ੍ਹੇ ਤੋਂ ਮੈਂ ਨੂੰ ਬਿਲੋਂਗ ਕਰਦਾ ਹਾਂ ਕੈਨੇਡਾ 'ਚ ਵੱਸਦਿਆਂ ਸਖਤ ਮਿਹਨਤਾਂ ਨਾਲ ਕੰਮ ਕਾਰ ਚਲਾਏ ਨੇ ਵਧੀਆ ਚੱਲੇ ਨੇ ਅਤੇ ਨਾਲ ਦੀ ਨਾਲ ਆਪਣੇ ਵਤਨ ਨੂੰ ਆਪਣੇ ਪੰਜਾਬ ਨੂੰ ਆਪਣੀ ਮਾਂ ਬੋਲੀ ਨੂੰ ਵਿਰਾਸਤ ਨੂੰ ਸੱਭਿਆਚਾਰ ਨੂੰ ਬਹੁਤ ਦਿਲ ਦੇ ਨੇੜੇ ਰੱਖਿਆ ਕੋਸ਼ਿਸ਼ ਰਹਿੰਦੀ ਹੈ ਕਿ ਕੁਛ ਨਾ ਕੁਛ ਆਪਣੇ ਸਮਾਜ ਲਈ ਆਪਣੀ ਬੋਲੀ ਲਈ ਕਰਦੇ ਰਹੀਏ ਉਹਦੇ ਤਹਿਤ ਮੇਰੇ ਨਾਲ ਸੰਧੂ ਸਾਹਿਬ ਬੈਠੇ ਨੇ ਮਲਜੀਤ ਬੱਲੀ ਜੀ ਬੈਠੇ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਨਵੀਆਂ ਕਲਮਾਂ ਨਵੀਂ ਉਡਾਨ ਜਿਹੜਾ ਪ੍ਰੋਜੈਕਟ ਤਕਰੀਬਨ 13 ਮਹੀਨੇ ਤੋਂ ਚੱਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਹੋਰ ਸੂਬਿਆਂ ਵਿੱਚ ਔਰ ਕੁਛ ਬਾਹਰ ਦੇਸ਼ਾਂ ਦੇ ਵਿੱਚ ਬਹੁਤ ਵਧੀਆ ਹਲਾਰਾ ਮਿਲ ਰਿਹਾ ਹੈ ਬੱਚਿਆਂ ਦਾ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਨ ਲਈ ਇਕੱਤਰ ਹੋਏ ਹਾਂ ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਜ਼ਰੂਰ ਦੱਸ ਦੇਣਾ ਚਾਹੁੰਦਾ ਹਾਂ ਕਿ ਇੱਕ ਬਿਜ਼ਨਸਮੈਨ ਹੋਣ ਦੇ ਨਾਤੇ ਇੱਕ ਸਮਾਜ ਨਾਲ ਪਿਆਰ ਰੱਖਣ ਦੇ ਨਾਤੇ ਇੱਕ ਬੜਾ ਮੁਹੱਬਤੀ ਜਿਹਾ ਸਵਾਹ ਦਿਲ ਰੱਖਿਆ ਹੋਇਆ ਹੈ ਮੈਂ ਪੋਲੀਟੀਕਲੀ ਕੋਈ ਐਕਟਿਵ ਨਹੀਂ ਹਾਂ ਅਤੇ ਮੈਂ ਬਹੁਤਾ ਕੋਈ ਕ੍ਰਿਟੀਸਿਜ਼ਮ ਵਾਲੀ ਗੱਲ ਦੇ ਵਿੱਚ ਨਹੀਂ ਪੈਂਦਾ ਭਲੇ ਦੀ ਗੱਲ ਹੋਵੇ ਜਾਂ ਮਾਂ ਬੋਲੀ ਜਾਂ ਸੱਭਿਆਚਾਰ ਦੀ ਗੱਲ ਹੋਵੇ ਆਪਾਂ ਇਹਦੇ ਉੱਤੇ ਹੀ ਫੋਕਸ ਰੱਖਾਂਗੇ ਹਾਂ ਇੱਕ ਵਿਸ਼ਾ ਜ਼ਰੂਰ ਹੈਗਾ ਕਿ ਤੁਸੀਂ ਮੀਡੀਆ ਵਾਲੇ ਹੋ ਤੁਹਾਨੂੰ ਜਿੰਨੀ ਤਾਜ਼ੀ ਤੋਂ ਤਾਜ਼ੀ ਖਬਰ ਮਿਲੇ ਤੁਹਾਡੇ ਲਈ ਚੰਗੀ ਹੁੰਦੀ ਆ ਸਿਰਫ ਇੱਕ ਸਬਜੈਕਟ ਇੱਥੋਂ ਦੂਰ ਹੋ ਕੇ ਮੈਂ ਜ਼ਰੂਰ ਤੁਹਾਡੇ ਨਾਲ ਡਿਸਕਸ ਕਰ ਸਕਦਾ ਉਹ ਹੋਏਗਾ ਅੱਜ ਦੇ ਹਾਲਾਤ ਜੋ ਕੈਨੇਡਾ ਵਿੱਚ ਨੇ ਉਹਦੇ ਬਾਰੇ ਮੈਂ ਜ਼ਰੂਰ ਤੁਹਾਡੇ ਨਾਲ ਕਿ ਮੈਂ ਆਪ ਖੁਦ ਉਹਦੇ ਬਹੁਤ ਕੰਮ ਕਰ ਰਿਹਾ ਹਾਂ ਉਹਲੇ ਆਪਾਂ ਗੱਲਬਾਤ ਕਰ ਸਕਦੇ ਕਿ ਅੱਜ ਦੇ ਹਾਲਾਤ ਕੀ ਨੇ ਕੈਨੇਡਾ ਦੇ ਵਿੱਚ ਅਤੇ ਅਦਰ ਦੈਨ ਦੈਟ ਵੀ ਅਪਰੀਸ਼ੀਏਟ ਮੈਨੂੰ ਕੋਈ ਪੋਲੀਟੀਕਲੀ ਸਵਾਲ ਬੇਸ਼ੱਕ ਜੇ ਪੁੱਛ ਵੀ ਲਓ ਤਾਂ ਮੇਰੇ ਕੋਲ ਕੋਈ ਆਨਸਰ ਨਹੀਂ ਹੋਣਾ ਅਤੇ ਜੇ ਨਾ ਹੀ ਪੁੱਛੋਗੇ ਤਾਂ ਚੰਗਾ ਹੋਵੇਗਾ ਸੋ ਜਿਹੜਾ ਇਹ ਪ੍ਰੋਜੈਕਟ ਹੈਗਾ ਆ ਇਹ ਅਸੀਂ 13 ਮਹੀਨੇ ਪਹਿਲਾਂ ਕਿਉਂ 2016 ਦੇ ਵਿੱਚ ਅਕਤੂਬਰ ਦੀ 2 ਤਰੀਕ ਨੂੰ ਬਲਜੀਤ ਬੱਲੀ ਸਾਹਿਬ ਗੁਰਭਜਨ ਗੈਲੂ ਨੇ ਇਹਨਾਂ ਨੇ ਹੌਸਲਾ ਅਫਜਾਈ ਦੇ ਨਾਲ ਇੰਡੀਆ ਤੋਂ ਬਾਹਰ ਪਹਿਲਾਂ ਪੰਜਾਬ ਭਵਨ ਜੋ ਕਿ ਸਰੀ ਵਿੱਚ ਹੈ ਮੈਂ ਆਪਣੇ ਪਾਪਾ ਦੀ ਯਾਦ ਦੇ ਵਿੱਚ ਸਥਾਪਿਤ ਕੀਤਾ ਜਿਹਦਾ ਮੇਨ ਮਕਸਦ ਮਾਂ ਬੋਲੀ ਨੂੰ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਅਤੇ ਹਰ ਉਸ ਸੰਸਥਾ ਨੂੰ ਸਹਾਰਾ ਬਣ ਕੇ ਉਹਨਾਂ ਦੀ ਹੌਸਲਾ ਅਫਜਾਈ ਕਰਕੇ ਵੱਧ ਤੋਂ ਵੱਧ ਜੋ ਵੀ ਅਸੀਂ ਯੋਗਦਾਨ ਪਾ ਸਕੀਏ ਅਸੀਂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝ ਪਾਉਂਦਿਆਂ ਨੂੰ ਬੜੀ ਖੁਸ਼ੀ ਹੈ ਕਿ ਅੱਜ ਪੰਜਾਬ ਭਵਨ ਦੇ ਵਿੱਚ ਮਹੀਨੇ ਦੇ 20-22-25 ਸਮਾਗਮ ਹੁੰਦੇ ਨੇ ਜਿਹੜੇ ਕਿ ਮਾਂ ਬੋਲੀ ਨਾਲ ਰਿਲੇਟਡ ਨੇ ਸੱਭਿਆਚਾਰ ਨਾਲ ਰਿਲੇਟਡ ਨੇ ਸਮਾਜਿਕ ਰੀਤੀਆਂ ਨਾਲ ਰਿਲੇਟਡ ਨੇ ਔਰ ਉਦੋਂ ਵੀ ਖੁਸ਼ੀ ਦੀ ਗੱਲ ਹੈ ਕਿ 9 ਡਿਫਰੈਂਟ ਲੈਂਗੁਏਜ ਦੇ ਵਿੱਚ ਉੱਥੇ ਪ੍ਰੋਗਰਾਮ ਹੁੰਦੇ ਨੇ 7 ਵੱਖਰੇ ਵੱਖਰੇ ਮੁਲਕਾਂ ਤੋਂ ਆਏ ਲੋਕ ਜਿਹੜੇ ਕੈਨੇਡਾ ਵੱਸਦੇ ਨੇ ਉਹ ਆ ਕੇ ਆਪਣੇ ਸਮਾਗਮ ਕਰਦੇ ਨੇ ਵੱਖਰੀਆਂ ਪੰਜਾਬ ਤੋਂ ਇੰਡੀਆ ਤੋਂ ਬਾਹਰ ਤੋਂ ਮੁਲਕ ਜਿਹੜੇ ਨੇ ਉਹਨਾਂ ਦੀ ਆਪਣੀ ਬੋਲੀ ਦੇ ਵਿੱਚ ਕਿਤਾਬਾਂ ਪੰਜਾਬ ਭਵਨ ਦੇ ਵਿੱਚ ਰਿਲੀਜ਼ ਹੁੰਦੀਆਂ ਨੇ ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ 2016 ਤੋਂ ਕੋਸ਼ਿਸ਼ ਕੀਤੀ ਹੈ ਕੈਨੇਡਾ ਦੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਅਸੀਂ ਬਹੁਤ ਬਹੁਤ ਮਿਹਨਤ ਕਰਕੇ ਬੜੇ ਅੱਛੇ ਮੁਕਾਮ 'ਤੇ ਪਹੁੰਚਾਇਆ ਹੋਇਆ ਹੈ
साड़ियाँ यूनिवर्सिटियाँ विच साडे कॉलेजां दे विच ऑप्शन है जिहड़ा मर्जी बच्चा पंजाबी सबजैक्ट बुक कर ले तो उन्हूं हर हालत दे विच टीचर क्लासरूम हर हाल दे विच मिल जाता हैगा आ। उंज होर भी बहुत सारे पहलू तो पंजाबी नूं कैनेडा दे विच बड़ा माण दिता गया और बड़ी मेहनत भी हुई है। मैं थोड़ा इतने का भी कह दिता हाँ भाई अजक जॉब भी लभनी है तो पंजाबी जो थोड़ा नहीं आती तो चांस घट जाते हैं कैनेडा में जॉब मिलने के भी दूए अखर से भी कह लो कि साढ़े तो हम ATM भी पंजाबी चलते हैं तो गौरमेंट के हर अदारे के जिते भी तुम कोई भी काम आ बेशक पासपोर्ट ऑफिस आ बेशक डॉक्टर का ऑफिस आ जा कितने भी तुम जाओ तो जे तुम एक बार कह दो कि मैं इंग्लिश नहीं आती मैं पंजाबी बोलदा तो थानू हर हालत दे विच पंजाबी बोलने वाला उत्थे मुलाजम मिल जाएगा। सो असी काफ़ी जद्दोजहद की है पर उहदे नाल दी नाल जिहड़ा चिंता का विशा रहा बेशक असी पंजाब भी जदों दा खोलिया असी कोशिश की कि नौजवान जिहड़ा पीढ़ी आ उहनू जोड़िए अपनी माँ बोली नाल सभ्याचार नाल और सच्ची गल ये आ कि असी भी कामयाब नहीं होने हुए उहदे विच और साडे मैं जो देखिया उहदे विच साडे बहुत सारे अदारे भी ने जिन्हों का काम है माँ बोली प्रफुल्लित करना वह भी कामयाब नहीं हो सके बच्चों लिया जो समागम होंगे ने यूथ तो हों ही नहीं गा तो मैनू इंज लगा भी यी गलती है असी बच्चों प्लेटफॉर्म नहीं दे रहा जिदे ते बच्चे अपने आप को माण कर ते पंजाबी बोलन सीखन लिखन दे विच माण महसूस कर। सो ये चिंता लैके दिल दे विच 13 महीने पहला पटियाले तो स्कूल दे विच एक प्रोजेक्ट एक समागम किया जिहदे विच उस स्कूल की एक किताब नवीं कलमां नवीं उड़ान प्रकाश की गई रिलीज़ की गई। मैं खुद कैनेडा तो आके उस समागम में हाजरी लाई अंकार सिंह तेजे जो इस प्रोजेक्ट के इंचार्ज ने इन्हों का स्कूल सेगा जब मैं बच्चों उस समागम के देखा उन्होंने उत्साह देखा बच्चों का उस किताब के 100 रचना छपनिया सन तो तकरीबन 300 रचनावान कविता गीत गज़ल बच्चों ने लिख के दते। उस बुक की रिलीज़ तो बाद मेरा हौसला बढ़ गया कि माँ बोली जे कुछ करना है तो बच्चों हत्थों करना पेगा तो मैं ये भी माण महसूस करदा कि मेरे तीजी पीढ़ी मेरी उत्थे पढ़ रही है मेरे बच्चे डच बोलते फ्रेंच बोलते इंग्लिश बोलते पर वो पंजाबी दे भी माहर ने बच्चे जिहड़े मर्जी स्कूल भेजो जिथे जो मर्जी करो मैनू ये भी पता कि जिहड़ा साडा रुजगार लई इंग्लिश का होना बड़ा जरूरी है अज के युग दे विच पर नाल दी नाल माँ बोली का होना भी उन्ना ही जरूरी है। सो असी इस हिसाब न लैके जो असी ड्राइंग टेबल पर बैठे अपनी टीम साढ़े 11 मैंबरी साढ़े कुछ मैंबर अज नाल आए हुए ने असी लिखिया पे असी क्यों ना पंजाब के सारे जिलों के सरकारी स्कूलों असी लईए 10 साल तो लैके 18 साल की उम्र के बच्चे उन्होंने हर जिले के असी 5 मैंबरी टीम बनाई तो उस टीम नूं असीं 4 बुकां जिहड़ियां दा बजट दिता कि असीं तुहाडी किताब भी छपा दांगे असीं उहनूं रिलीज़ भी कर दांगे पर तुसीं बच्चों नूं अपने क्लासरूमां दे विच क्यों असीं नाल दी नाल जदों असीं स्कूल चुने तो उहदे विचों ये निकलदा सी कि बच्चों के जिहड़े बच्चे तो हो जाणगे स्कूलों विच पर इहनां नूं लामबंद कौन करेगा तो उहदे नाल सानूं अहसास होया असीं रीलाइज़ किया कि क्यों ना असी सरकारी स्कूलों के जिहड़े तकरीबन 98% जिहड़े साडा ये सारा प्रोजेक्ट उहदे विच सरकारी स्कूलों की इनपुट है तो वह असी सरकारी स्कूलों के अध्यापकों नूं लामबंद किया तो मैनूं इस वेले साडे नाल ये गल सांझ पाउणे नूं बड़ी खुशी आ कि पंजाब के 23 जिले ने पर साडे कोल पंजाब दे विच 28 टीमां ने जिलों के विच 2-2 टीमां भी बन गई तो होर 2-2 टीमां बन रही ने हरेक बच्चे दे सारे जिले दियां किताबां रिलीज़ हो गई ने एक किताब के एवरेज 100 रचनावां होंदियां ने तकरीबन 35 स्कूल की हरेक किताब के इनवॉल्वमेंट होंदी है तो 500 कापी हरेक किताब की अपना नवीं कलमां नवीं उड़ान जिहड़ी इह किताब है इहदे वॉल्यूम के नाल चलती है चलती हैगी भाग 21वें की किताब है। सो साडा जिहड़ा गोल है
असी 150 वॉल्यूम तक किताब छापन की साड़ी कोशिश है, जिदे लई हर जिले के जिथे टीम बहुत सहयोग दे रही ने, मेहनत कर रही ने। पर मैं ये भी खुशी है कि जो ये पंजाब के प्रोजेक्ट लॉन्च होया तो सानू नाल लगते सूबे तो राजस्थान के साढ़े को दो टीम ने, हिमाचल च ने, हरियाणे च ने, दिल्ली च ने, महाराष्ट्र च ने, फिर गल इतू गांह बढ़ती हुई आस्ट्रेलिया, इटली, जर्मनी, इंग्लैंड, कैनेडा, अमरीका, एक गल सारी गई तो सारे थाई टीम बन गई। एवरेज साढ़े को मैं अप्रोक्सीमेटली 42 इस वेले टीम ने, तो जिहड़ियां वर्ल्ड वाइड असी इहनू काम कर रही ने। तो 34 किताबां हुण तक जिस तरह कार सिंह ने दस्या असी इहनू छाप चुके हाँ, तो 12 शायद किताबां छाप गई ने, तो कॉन्फ्रेंस तो बाद वह भी रिलीज हो जाएगियां। जिहड़ी मेरा एक मानना सीगा कि जे असी अज बच्चों किसी तरह लिखण ला दें, वह एक कविता लिख देंगे, उहनू बुक च असी छपा देंगे, तो फिर जे असी पिछे हट गए उन्हां तों फिर उन्होंने फिर भुल जाना है। सो इस करके असी इस प्रोजेक्ट नूं 5 साल योजना के थले चलाया है, जिहड़े बच्चे हुण छपे ने उन्हां नूं फिर छापिया जाना है, तो नाल दी नाल टीमां दे नाल असी उन्हां नूं मेजर कर रहे हैं बच्चा किहड़े लैवल ते पहुँच गया, तो जिहड़े आने वाले प्रोग्राम ने उन्हां दे विच वी बच्चों इस प्रति सिक्ख्या देण लई ट्रेंड करन लई असी वख्खरे वख्खरियां योजनावां तैयार कीतियां होईयां ने। पर इस प्रोजेक्ट नूं होर वी वड्डा हलारा देण लई असी एक कॉन्फ्रेंस का होना बहुत जरूरी समझते सो कि 16-17 अक्तूबर-नवंबर में मस्तवाणा साहब जिहड़ा संगरूर दे विच विधिक अदारा है उहदे विच 2 रोज़ा यह कॉन्फ्रेंस है, जिहदे विच असीं कल्ला पंजाब ही नहीं, नाल लगते सूबे नहीं, कुछ बाहरले देशों तो भी आ रहे ने। मैं पिछे पहला भुल गया, दे विच असीं पाकिस्तान दा लहिंदा पंजाब भी इनकलूड किया होया है, उहदे विच हुण तक 5 किताबां रिलीज़ हो चुकियां ने, ते 17 जिले जिहड़े लहिंदे पंजाब दे ने उस इस किताब नाल जुड़े हुए ने, वह कवितावां रचनावां बच्चों नूं लिखा रहे ने, इकट्ठियां कर रहे ने। सो ये जिहड़ी कॉन्फ्रेंस हैगी है 16 ते 17 नूं है, असीं बच्चों दे विच मैं इत्थे जरूर जिक्र करना चाहांगा कि एक कल्ली नहीं है गल कि तुसीं बच्चे रचना लिख दे तो असीं छाप दांगे। असी बच्चों के विच एक जागरूकता पैदा करनी चाहते, असी एक कॉन्फिडेंस उन्होंने पाना चाहते हैं, जो कविता लिखते ने किताब छापदी ने फिर उन्होंने स्टेजा पर सद्या जाता, तो स्टेज पर अपना जो बोलते ने तड़क हो के बोलते हैं, उन्होंने हम तजर्बा हो ही जा रहा, तो उदू भी चंगी गल जी है कि जेडे असी उन्होंने विषय दिते हुए ने लिखण लई, वह विषय समाज दीआं करीतियां प्रति, वातावरण प्रति, माँ बाप की सेवा प्रति, अपने गोल जिंदगी दे गोल स्थापित करने प्रति, वो मैनू इंज लगता कि जे वो बच्चे जिहड़े लिख रहे ने उन्होंने विषयां नाल जुड़ के वो आप खुद उन्होंने विषयां दे मार ते हो जाएंगे, जिहदे नाल असीं चाहुंदे कि जिहड़ा समाज दे विच इस वेले थोड़ी जी ना पक्खू हवा चल रही है, खासकर बच्चों की असीं जद गल करदे हां ते असीं बच्चों नूं एक नवा राह दे के एक नवी डायरेक्शन दे के उन्हां नूं उत्साह करके मेरा ख्याल है कि इहदे नाल बच्चों के विच काफ़ी जागरूक पैदा हो जाएगी, वो बिजी होणगे ते आने वाले कल लई जिहड़ा कि अक्सर सुनिया जाता है। मैं इत्थे जरूर जिक्र कर दिंदा कि जदों दा पंजाब भवन की स्थापना की है मैं बहुत सारिया बड़िया बड़िया स्टेजा तो मैं खुद हरेक साल पंजाब कैनेडा दे विच एक बहुत बड़ी कॉन्फ्रेंस करवाना होर मुल्कां च भी करवाना, पर हर स्टेज पर तकरीबन एक गल जरूर कही जाती है कि पंजाबी माँ बोली नूं खतरा है। मैं पिछले 13 महीनों के जो मैं सीखा है जब मैं देखा है मेरा हुण यह कहना बनता ही है कि शायद माँ बोली नूं खतरा वो ही दस रहे हैं जिहड़े अपने फर्जा तो भुल चुके हैं। जे असी फर्ज अपने सारे सामझ आईए, माँ बाप अपने फर्ज समझण, विधिक अदारे जां समाज साडा अपने फर्ज समझ आवे तो पंजाबी नूं कोई भी खतरा नहीं हो सकता आने वाले टाइम के। सो ये जिहड़ी कॉन्फ्रेंस है उहदे विच असीं सारे जिलों तो नाल दिया जिहड़े सूबे ने बच्चों की ट्रांसपोर्टेशन बसा कीतियां होईयां ने, बच्चों की रिहायश 3 दिन की
अप्रोक्सीमेटली 800 बच्चों ने ते 3 स्टेजा के उत्ते आपो अपनी लिखत उन्होंने पेश करनिया ने नाल उन्होंने सहायक अध्यापक आ रहे हैं माँ बाप आ रहे ने 1500 तो 1600 लोगों का असी रहायश का खाण पीन का प्रबंध किया होया है जिहदे नाल असी चाहते हाँ कि एक बड़ी वड्डी जागरूकता पैदा होवे पे पंजाबी माँ ले बच्चे जरूर बच्चों का लगाव होए पंजाबी माँ बोली के नाल ते नाल दी नाल बच्चों होर भी उत्साह करन लई तुसी शायद सुने होंगे श्रोमणी अवार्ड साढ़े वड्डे साहित्यकारां नूं दित्ते जांदे ने असी भी एक नवी रीत पाउण की कोशिश कर रहे हाँ इन्हां बच्चों नूं सरदार रणजीत सिंह बाठ जो मेरे फादर ने उन्हां दी याद दे विच काफ़ी वड्डे दर्जे दे असी उन्हां नूं भी अवार्ड दे रहे हाँ क्योंकि वह होर भी लगाव उन्हां दा लगे इनाम जितण दी उन्हां च खास पैदा होवे तो इस कॉन्फ्रेंस की जी सारी कार्रवाई या कह लो जिते कि बच्चों ने लिखा फिर वह अपने जिले तो कंपटीशन करके जित के इस कॉन्फ्रेंस में आ रहे हैं तो कॉन्फ्रेंस के सारी की सारी कार्रवाई जी बच्चे कर रहे हैं स्टेज बच्चे सामभ रहे हैं असी मोढ़िया सीटा पर या पिछलिया सीटा पर बह के बच्चों सुनना है बच्चों उत्साह करना है ये साडा जिहड़ा गोल हैगा आ कोशिश कर रहे हैं बच्चे पाकिस्तान तो आने की थोड़ा जिहा बीजे की हाले अड़ी हुई अजकल शायद निकल जाएगी कुंडी वह साढ़े बाबा नाजमी जी उन्होंने मेरे को कैनेडा भी जा चुके ने उन्होंने लियाउण की कोशिश चल रही है वाहेगुरु करे भगवान जी मेहर कर वो भी साडा मसला हल हो जाए यह कॉन्फ्रेंस ले असी थानू सारयां नू सद्दा दिंदे आ असी चाहते भी हाँ कि तुसी इहदे विच अपनी इनपुट पाओ पर मैं अखीर ते एक गल जरूर कहनी चाहाँगा जदों दा इह प्रोजैक्ट लॉन्च होया है वर्ल्ड वाइड तो मैं ट्रैवल बहुत करदा मैं दुनिया भर के मीडिया नू सलाम करदा सल्यूट करदा बिना किसी शर्त अज तक किसी मीडिया ने मैनू कभी ना नहीं की इहनू कवरेज देण लई क्यों जिहड़ी मेरी फाउंडेशन है मैं पहला भी दस्या को मैं पोलीटिकली एक्टिव नहीं हाँ असी कभी फंड रेज नहीं करते साढ़े इस फाउंडेशन के कुर्सी का कोई रौला नहीं गा ये लगने ही आना नहीं कुछ तो शायद ये भी एक कारण होएगा कि मीडिया ने इसनों एक वधिया समाज में देन समझ के भी बड़ा साडा साथ दिता तो मैं आने वाले टाइम के भी थोड़े तो बहुत आस रखदा एक बिजनेसमैन होने के नाते मैनू इन्ना तो पता है कि अज के युग में मीडिया की बहुत वड्डी देन है हर काम के मेरा बिजनेस भी ने पांच बिजनेस ने सैकड़े के हिसाब न इंपलॉइज ने ते उत्थे भी जो मीडिया का असी साथ लेने तो ताइयों साडी गल बनती है बेशक ये सोशल वर्क है पर सानू यह भी पता कि मीडिया तो बिना असी यह असी काम तुर नहीं चला सकते सो इन्ना ही लफ्जा के नाल मैं थोड़ा सारिया का जिते धन्यवाद करदा बलजीत बल्ली साहब का संधु साहब नाल बैठे ने साडे नाल मोढ़ा मोढ़ा ला के असी इन्हों का धन्यवाद करते तो तुसी जिन्ने भी होर मेहमान आए हो साडे रिपोर्टर आए ने अदारे आए ने मीडिया के सारिया नू दिलों सलाम करदा मैं ये भी दस देना चाहाँगा कि टाइम वाइज मैं थोड़े कई अदारिया ने मेरे गल की फिर थोड़ा सानू बाद च टाइम दे दियो मैं 3 बजे ताईं अवेलेबल हैगा है तो बाद तुसी मैना इत्थे जां किते होर जगह जो भी सूटेबल हो आई बी हैप्पी टू शेयर माई व्यूज़ मैं पर मेरी रिक्वेस्ट रहेगी कि आपां इस प्रोजैक्ट की ज़्यादा गल करिए कैनेडा की सैचुएशन बारे कैनेडा के होर वक्रे वक्रे तरीके के कई इशू बने हुए ने कैनेडा दे विच तुसी मेरे सोशल मीडिया के किसी अकाउंट ते जाके भी देख लो मैं कभी भी किसी भी होर काम च नहीं जाता अपने बिजनेस नाल सुधी लैन रखदा हाँ जां मैं मेरा प्रोजैक्ट नेपाल विच फिलपीन विच अपने इत्थे इंडिया विच पाकिस्तान दे विच मेरे मैडिकल कैंप वगैरह हम 19 तरीक नूं फिर जाना उत्थे मैं सोशल वर्क ते मेरा फोकस हैगा आ सो प्लीज़ उहदे नाल ही आपां रल मिल के गलबात करांगे सो वंस अगेन थैंक यू वेरी मच एंड आई प्रे फॉर योर हैप्पीनेस गॉड ब्लेस एवरीवन जी हाँ जी पर नारी जेडे तुसी इथे प्रोजेक्ट शुरू कीता होया है तुसी कहते 21वां जेडा है पुस्तक जेडी होई गई है इदे विच
हाँ बिल्कुल जी, मैं अप्रीशिएट थोड़ा जरा सवाल है, मेरे बड़ा दिल ने नेड़े आ पे बच्चों को है। तुम जो कोई रचनावा आदि ने साडे को तकरीबन 185 फुल टाइम वॉलंटियर ने, हर साडे को 16 वखरिया वखरे जिम्मेवारियां दी टीम ने उन्होंने विच। जो कोई भी रचना आती है तो मतलब यह नहीं कि असी रचना चुप के छापती है, एक किताब ले जे 100 रचना असी छापनी सानू 400 रचना आती है। पहली तो गल यह है कि जे एक किताब ले 400 रचना आ रही है, ये साबित करता है कि बच्चों का लगाव बहुत है पंजाबी ना, कोई उन्होंने बाँह नहीं फड़ रहा, कोई उन्होंने डायरेक्शन नहीं दे रहा। मैं विद रिस्पैक्टफुली साढ़े कुछ अदारे ने, साढ़े साहित्यक अदारे ने, बड़ी असी उन्हों की रिस्पैक्ट करते हैं। मैं बड़ा हलारा दिना, बड़ी कॉन्फ्रेंस कराना उन्होंने अदारिया के भी, जो भुल झुल के कोई बच्चा आ भी जाए ना तो उन्होंने टाइम ही नहीं मिलता, जो मिलता है तो ये की आ, ये तो कुछ भी नहीं आ। सो उन्होंने असी सत्कार नहीं दे रहे, या ये कह लो कि जे बच्चे असी घरों दौड़ाने की कोशिश करते भी तू दौड़ जा पंजाबी लैके। सर थोड़ा जा, हाँ बली साहब सर बापर वाली थोड़ी सवाल चो, मैं एक ना किताब खोली है जो अगे जी कविता निकली है पानी, सत्तवीं जमात की लड़की है अमृत कौर, ये हैगी त्योड़ स्कूल की, उन्हें लिखा है पानी दे विच सृष्टि रची, कुदरत दे विच पानी, इस पानी ने सब कुछ दिता, कर्जदार है प्राणी, पावन गुरु पानी पिता लिखिया विच गुरबाणी, ख्याल करो इस सोहने जल का नहीं जी सकते बिन पानी। छोटी जी कविता है मतलब मैडम जी, एक मैं इतने थोड़ा ऐड करना, एक यही किताब जी रिलीज़ असी फगवाड़े करनी सी, छोटी मैं सीधी नवेड़ दिना, असी साढ़े उत्थे सहयोगी जड़े ने उन्हें उत्थे बड़ा वधिया प्रोग्राम किया, तो उन्हें कुछ साढ़े सीनियर साहित्यकार भी सदे जिन्हां दी असी बहुत रिस्पैक्ट करते हैं, बच्चों ने 25 बच्चों ने अपन रचनावान सुनाइया, तो उन्होंने जोड़े मोहरी सन एंड उन्हें धनवाद शब्द कहने सन, तो एक छोटी जी लाइन ना गल नबेड़ गए, कहिंदे बाठ साहब थोड़े बच्चों ने साडियां बोलतियां बंद करतियां। सो इतों पता लगता कि बच्चों जे असी सहारा दे देंगे, जिहड़ा कि जी मेरे नाल पिछे टीम खड़ी है 200 मैंबरां दी आलमोस्ट टीम है, तो साढ़े इरादे जिहड़े 5 साल योजना नाल एन नाइस रही, आम बिजनेसमैन एंड आई नो हाउ टू पुट थिंग्स टुगैदर। सो बहुत वधिया प्रोजैक्ट असीं लीकिया होया और अनकंडीशनल प्रोजैक्ट हैगा, इहदे विच कोई गेन नहीं है, कोई मैं असी मैं पहला कह चुका मैं वोटा मंगण वाला नहीं गा, मैं फंड मंगण वाला नहीं हाँ, साढ़े ये दो चीज़ों तो असं बहुत दूर है। सो इस करके मैं हर हाल के मैं लगता कि जो अज तो 4 साल होर गांह जाके जेडे कि 15,000-18,000 बच्चों असी जोड़ लेना है, ये असी एक बहुत वधिया क्रीम घट्टो घट 5-7,000 बच्चे तो जरूर कढ़ लाँगे, जेडे कि जिन्हों कल आने वाले टाइम के संधु साहब वर्गा नाम पात्र साहब होर बड़े बड़े साहित्यकार वर्गे वो लिखत लिखणगे तो आप माण महसूस करा जी। हाँ जी, होर किसी ना कोई सवाल होवे जी, माइक ला बेटा। नहीं बेटा साढ़े को मेरे ख्याल अप्रोक्सीमेटली 18 सब्जेक्ट ने, हाँ जी 18 सब्जेक्ट्स ने जिन्हां दे विच ही बच्चों ने लिखना उस सब्जेक्ट ते लिखिया हुण तक, तो जिहड़े लेख मुकाबले ने उहदे विच भी मेरे 14 सब्जेक्ट ने, तो उहदे उत्ते ही लेख लिखना उन्होंने गोल दिते हुए ने, सब्जेक्ट जिहड़े ने उह बच्चों नू वधिया जिंदगी बारे आम समाज के जिहड़ी साडी समाजिक जिंदगी है उहदे बारे वातावरण बारे रिस्पैक्ट बारे, हाँ जी
वह सारे इदा के रिलेटिड सबजैक्ट ने जिदे कोई समाज के भले की गल लिखी जा रही है वो असी कोई उलट पटान नहीं छाप रहे बड़ा केयरफुल रहना पैंता है। और दूसरी गल है कि हर बच्चे की जिहड़ी भी किताब के रचना लिखी छपी है वह गरंटीड बच्चे की लिखी हुई है राइटिंग दे विच उन्हां तों लै के सारा कुछ लै के ते उन्हां नूं जिहड़ा असीं डायरेक्शन दे रहे हां वह बहुत वधिया तरीके नाल चल रही है जी। हाँ बिल्कुल बेटा जिहड़ा असली तो मोटिव इहनूं जे उत्तों थल्ले नूं तुरीए ते इक ते सुद्धा ही है कि अहीं वधिया समाज सिरजना चाहुंदे आ। समाज कौन वधिया सिरजूगा ਇਹ ਬੱਚੇ ਸਿਰਜਣਗੇ ਜਿਹੜਾ ਨਾ ਪੱਖੀ ਸਮਾਜ ਹੋਇਆ ਇਹਨੂੰ ਸੁੱਧੇ ਪਾਸੇ ਨੂੰ ਲਿਜਾਣਾ ਇਹਨਾਂ ਨੇ ਲਿਜਾਣਾ ਜਦੋਂ ਲਿਜਾਣਾ। ਦੂਸਰਾ ਇਹਨਾਂ ਬੱਚਿਆਂ ਨੂੰ ਬਿਜ਼ੀ ਰੱਖਾਂਗੇ ਇਹ ਬੁਰੀਆਂ ਬੁਰਾਈਆਂ ਤੋਂ ਬਚਣਗੇ। ਤੀਸਰਾ ਜਿਹੜਾ ਇਹ ਲਿਖ ਰਹੇ ਨੇ ਜਦੋਂ ਉਹਨਾਂ ਨੂੰ ਤੁਸੀਂ ਅਸੀਂ ਪੜ੍ਹਾਂਗੇ ਤਾਂ ਉੱਤੇ ਅਮਲ ਕਰਾਂਗੇ ਅਤੇ ਸਾਡੇ 'ਤੇ ਵੀ ਉਹਦਾ ਅਸਰ ਹੋਏਗਾ। ਅਤੇ ਬਹੁਤ ਸਾਰੇ ਇੱਦਾਂ ਦੇ ਮੈਂ ਨੁਕਤੇ ਦੱਸ ਸਕਦਾ ਅਤੇ ਜਿਹੜਾ ਅੱਜ ਦੇ ਸਮਾਜ ਦੇ ਵਿੱਚ ਸਭ ਤੋਂ ਵਧੀਆ ਚੀਜ਼ ਬੱਚੇ 'ਚ ਹੋਣੀ ਚਾਹੀਦੀ ਹੈ ਉਹਦੇ ਵਿੱਚ ਸੈਲਫ ਕੌਨਫੀਡੈਂਸ ਹੋਣਾ। एक 3,000-4,000 लोगों के कट्ठ दे विच एक स्टेज पर खड़ के अपनी रचना बोलनी ही अपने आप मायना रखाउंदी है। तो बच्चों में जो तुसी हम सुनोगे संगरूर तोते वांगू बोलते हैं बड़ा कॉन्फिडेंस उन्होंने हैगा। तो यह असी कोशिश कर रहे हैं बल्ली साहब उन्हां दी मदद नाल दो रोज़ा कॉन्फ्रेंस असी लाइव ब्रॉडकास्ट करांगे वर्ल्ड वाइड क्यों कैनेडा तो बाहरले मुल्कां दे विच इहदी बड़ियां ब्रांचेज बन गई ने। ਅਸੀਂ ਚਾਹੁੰਦੇ ਹਾਂ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਦੇਖੀ ਜਾਵੇ ਜੀ। ਹਾਂਜੀ ਹੋਰ ਕੋਈ ਸਵਾਲ ਜੀ? ਰਾਜਨੀਤੀ ਤੇ ਰਾਜਨੇਤਾ ਬਹੁਤ ਡਿੱਗ ਚੁੱਕੇ ਨੇ ਤੇ ਉਹਨਾਂ ਦੇ ਸੰਬੰਧ 'ਚ ਬੱਚਿਆਂ ਨੂੰ ਤਿਆਰ ਕਰਨ ਵਾਸਤੇ ਕੋਈ ਕਵਿਤਾ ਦੇ ਵਿੱਚ ਮਾਈਕ ਕੀਤਾ ਹੋਇਆ ਕਿ ਕਰੋਗੇ? ਤੁਹਾਡੇ ਮਾਈਕ ਫੜੋ। ਅੱਛਾ ਅਸੀਂ ਮਾਈਕ ਦੇ ਰੋਲੇ 'ਚ ਰਹਿ ਗਿਆ ਫਿਰ ਰਿਪੀਟ ਕਰੋ ਕੀ ਕਿਹਾ ਤੁਸੀਂ? ਰਾਜਨੀਤੀ ਤੇ ਰਾਜਨੇਤਾ ਅੱਜ ਦੇ ਦੌਰ ਵਿੱਚ ਗਿਰ ਚੁੱਕੇ ਨੇ लोकतंत्र प्रणाली सुधारा की क्यों लोड़ एक टॉपिक रखा हुआ है लोकतंत्र प्रणाली में सुधारा की की लोड़ एक भीर जी एक गल मैं होर भी इहदे च ऐड करनी चाहुंदा ठीक है विशा लिखिया है जे बच्चों असी वधिया तरीके का पाल लाँगे जो उन्होंने भी पॉलिटिशियन बनना किसी दिन जाके आई रिस्पैक्ट जरा अपना जरा पॉलिटिशियन पोलीटल ढांचा भी आप बड़ी इज्जत करते हैं अपने आप ही जे जा एक मैं थोड़ा बहुत पुरानी एक गल दसदा अपनी जिंदगी की 32-33 साल पुरानी गल मैं एक वर्कशॉप से अमेरिका गया गोरा सी इंस्ट्रक्टर उन्होंने मैं क्या भी मैं तो ट्रेनिंग कर आया मैं मैनेजर हाँ ओनर हाँ तो मैं कहता तू मैनेजर की ट्रेनिंग ले नहीं आया तू तो एक वधिया इंसान बन की ट्रेनिंग ले आया मैं तेन बना दूंगा। सो साडी कोशिश है इन्हें वधिया इंसान बनाना इन्हें अपने आप ही बाकी का सारा कुछ चुक लेना जी। हाँ जी पिछे कोई सवाल जी? ठीक है जी फतेह बुलाइए मैं संधु साहब मैं, मैं, मैं सवाल करना है। अच्छा 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 चलो देखो जेड़ा हुण सोशल मीडिया का तो इंटरनेट का युग है जी मलाम तौर पर सब कुछ बुक्स भी सारा कुछ ये चलन ये राइटिंग तो यदि कंट्राडिक्शन नहीं है मतलब कॉम्प्लीमेंट किमें कर दो दोनों क्योंकि बच्चों का भी अजक मैं साढ़े का जो हूँ मेरा तो दो 2-3 साल की है वह भी ये लगी रही है सारा दिन बच्चे लगे रहते एक तो ये दूसरा स्टूडेंट्स की गल की है ਅਤੇ ਮੈਂ ਚਾਹੁੰਦਾ ਜਿਹੜਾ ਸਟੂਡੈਂਟਸ ਦਾ ਕਨੇਡਾ 'ਚ ਮਸਲਾ ਹੈਗਾ ਉਹਦੀ ਥੋੜ੍ਹੀ ਜਿਹੀ ਜ਼ਰੂਰ ਗੱਲ ਕਰਨੀ ਜੀ ਕਿਉਂਕਿ ਕਨੇਡਾ ਸਟੂਡੈਂਟ ਦਾ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ ਜਿਹੜੇ ਇੱਧਰੋਂ ਜਾਂਦੇ ਨੇ ਜੀ ਬਿਲਕੁਲ ਕਿਉਂਕਿ ਉਹਦੀ ਹਾਂ ਬਿਲਕੁਲ ਬੱਲੀ ਸਾਹਿਬ ਇੱਕ ਤਾਂ ਆਪਾਂ ਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਸੋ ਮੈਂ ਬੜੀ ਮਾਡਰਨ ਜਿਹੀ ਸੋਚ ਰੱਖਦਾ ਹਾਂ ਜ਼ਮਾਨੇ ਦੇ ਨਾਲ ਮੈਂ ਆਪਣੇ ਆਪ 'ਚ ਬੜੀ ਚੇਂਜ ਲਿਆਉਂਦੀ ਹੈ ਜਿਹੜਾ ਸੋਸ਼ਲ ਮੀਡੀਆ ਦਾ ਜੋਗੇ ਫੋਨ ਹੈ 3 ਸਾਲਾਂ ਦੀ ਸਾਡੀ ਦੋਤੀ ਫੋਨ 'ਤੇ ਟਿਕਟਕ ਚੱਕੇ ਫੋਨ ਖੋਲ੍ਹ ਲੈਂਦੀ ਹੈ ਇਹ ਤੁਸੀਂ ਮੇਰੇ 4 ਗ੍ਰੈਂਡਚਿਲਡਰਨ ਨੇ 11, 9, 7, 3 ਸਾਲ ਦਾ ਮੇਰਾ ਪੋਤਾ ਹੈ
ਇਸੇ ਨਥਿੰਗ ਰੋਂਗ ਪਏ ਉਹਨਾਂ ਨੂੰ ਇੰਟਰਨੈੱਟ ਦੀ ਜਾਂ ਫੋਨ ਦੀ ਜਾਣਕਾਰੀ ਹੁੰਦੀ ਆ, ਹੋਣੀ ਚਾਹੀਦੀ ਹੈ, ਕਿਉਂ ਨਹੀਂ ਹੋਣੀ ਚਾਹੀਦੀ ਮੈਂ ਮੰਨਦਾ ਹਾਂ, ਪਰ ਉਹਦੀ ਲਿਮਿਟ ਕੀ ਹੈ, ਉਹ ਦੇਖ ਕੀ ਰਹੇ ਨੇ ਉਹਦੇ ਵਿੱਚੋਂ। ਜੇ ਅਸੀਂ ਅੱਜ 3 ਸਾਲ ਦੀ ਦੋਹਤੀ ਸਾਡੀ ਫੋਨ ਖੋਲ੍ਹ ਕੇ ਉਹ ਯੂਟਿਊਬ ਲਾ ਸਕਦੀ ਹੈ, ਮੇਰੇ ਲਈ ਤਾਂ ਗੁੱਡ ਨਿਊਜ਼ ਹੈ, ਪਰ ਸ਼ਰਤ ਇਹ ਹੈ ਉਹ ਦੇਖ ਕੀ ਰਹੀ ਹੈ। ਤੁਸੀਂ ਠਾ ਨਹੀਂ ਸਕਦੇ, ਤੁਸੀਂ ਕੁਛ ਵੀ ਕਰ ਲਓ ਅੱਜ ਦੇ ਯੁੱਗ ਦੇ ਵਿੱਚ ਬੱਚਿਆਂ ਦੇ ਵਿੱਚ। ਮੈਂ ਤਾਂ ਡੋਂਟ ਟੇਕ ਮੀ ਰੋਂਗ, ਮੇਰੀ ਗੱਲ ਨੂੰ ਗਲਤ ਪਾਸੇ ਨਾ ਲਿਜਾਇਓ, ਕਿਤਾਬ ਹੈ, ਅਸੀਂ ਇਹ ਕਿਤਾਬਾਂ ਛਾਪ ਰਹੇ ਹਾਂ ਨਾ। ਮੇਰਾ 35 ਸਾਲ ਦਾ ਮੁੰਡਾ ਛੁੱਟੀਆਂ 'ਤੇ ਚੱਲਿਆ ਟੱਬਰ ਨੂੰ ਲੈ ਕੇ, ਮੈਂ ਗਰੰਟੀ ਕਰ ਸਕਦਾ ਕਿ ਕਿੰਨੇ ਵੱਡੇ ਵੱਡੇ ਸਾਹਿਤਕਾਰਾਂ ਦੀਆਂ ਕਿਤਾਬਾਂ ਮੈਂ ਉਹਦੇ ਝੋਲੇ 'ਚ ਪਾ ਦਾ ਨਾ, ਹੁਣ ਪੜ੍ਹਨੀਆਂ ਨਹੀਂ ਗੀਆਂ। ਪਰ ਜੇ ਮੈਂ ਉਹ ਕਿਤਾਬਾਂ ਉਹਦੇ ਫੋਨ ਦੇ ਵਿੱਚ ਪਾ ਦਾਂ, ਇਹ ਯੁੱਗ ਹੈ, ਇਹ ਚੇਂਜ ਦਾ ਯੁੱਗ ਹੈ। ਹਾਂ, ਚਾਂਸ ਹੈਗੇ ਉਹ ਕਵਿਤਾ ਕੋਈ ਕਿਤੇ ਗਜ਼ਲ ਉਹ ਬੈਠਾ ਕਿਤੇ ਬੀਚ ਬੂਚ 'ਤੇ ਜਿੱਥੇ ਵੀ ਗਿਆ ਉਹ ਪੜ੍ਹ ਲਏਗਾ। ਸੋ ਕੀ ਕਿਤੇ ਇਹ ਜਵਾਬ ਤੁਹਾਡਾ। ਦੂਜਾ ਦੋਸਤੋ, ਜਿਹੜਾ ਮੈਂ ਵੈਸੇ ਮੀਡੀਆ ਵਾਲੇ ਆਏ ਨੇ, ਜੇ ਚਾਹੋਗੇ ਤਾਂ ਜਿਸ ਨੇ ਵੀ ਬਾਅਦ 'ਚ ਟਾਈਮ ਲੈਣਾ ਜ਼ਰੂਰ ਲੈ ਲਿਓ, ਮੈਂ ਆਮ ਹੇਅਰ ਫੋਰ ਕਪਲ ਆਵਰਸ। 50 ਸਾਲ ਕੈਨੇਡਾ 'ਚ ਰਹਿੰਦੇ ਹੋਏ ਬਹੁਤ ਕੁਛ ਦੇਖਿਆ, ਬੜੇ ਬਦਲਾਅ ਵੇਖੇ, ਬੜਾ ਵੱਖਰਾ ਕੈਨੇਡਾ ਵੇਖਿਆ ਅੱਜ ਕੈਨੇਡਾ ਅਤੇ 50 ਸਾਲ ਪਹਿਲਾਂ ਵਾਲਾ ਕੈਨੇਡਾ ਦਾ ਅੰਤਰ ਮੇਰੇ ਤੋਂ ਵੱਧ ਕੋਈ ਨਹੀਂ ਜਾਣਦਾ। ਉਹਨੂੰ ਖੁੱਲ੍ਹ ਕੇ ਦੇ ਸਕਦਾ, ਬੜਾ ਵੱਡਾ ਸਬਜੈਕਟ ਹੈ ਜਿਹੜਾ ਬੱਲੀ ਸਾਹਿਬ ਨੇ ਖੋਲ੍ਹਿਆ ਹੈਗਾ ਆ। ਪਰ ਮੈਂ ਅੱਜ ਤੋਂ ਤੁਸੀਂ 6 ਸਾਲ ਪਹਿਲਾਂ ਇੱਥੇ ਚੰਡੀਗੜ੍ਹ ਕਾਨਫਰੰਸ ਹੋਈ ਸੀਗੀ, ਉਸ ਕਾਨਫਰੰਸ ਦੇ ਵਿੱਚ ਮੈਂ ਸਬਜੈਕਟ ਸੀਗਾ, ਇਹੀ ਸਬਜੈਕਟ ਸੀਗਾ ਬਾਹਰ ਜਾਣ ਵਾਲੇ ਬੱਚਿਆਂ, ਬਾਹਰ ਜਾਣ ਲਈ ਬੱਚਿਆਂ ਦਾ ਰੁਝਾਨ। ਮੇਰੇ ਕੋਲ 25 ਮਿੰਟ ਦਾ ਟਾਈਮ ਸੀ ਅਤੇ ਮੈਂ ਆਪਣੀ ਪ੍ਰੈਜੈਂਟੇਸ਼ਨ ਦੇਣੀ ਸੀ। ਉਸ ਕਾਨਫਰੰਸ ਦੇ ਵਿੱਚ ਵੀ ਮੈਂ ਗੱਲ ਖੁੱਲ੍ਹ ਕੇ ਕਹੀ ਸੀਗੀ ਕਿ ਜਿਸ ਹਿਸਾਬ ਨਾਲ ਬੱਚੇ ਸਾਡੇ ਬਾਹਰ ਜਾ ਰਹੇ ਨੇ, ਅਨਪਲੈਨ ਜਾ ਰਹੇ ਨੇ, ਇਹ ਉਹ ਦਿਨ ਦੂਰ ਨਹੀਂ ਹੈ ਜਿੱਦਣ ਇਹ ਇੱਕ ਦਿਨ ਬੜੀ ਮੱਦਭਾਗੀ ਖਬਰ ਬਣ ਜਾਣੀ ਹੈ। ਕਿਉਂਕਿ ਬੱਚਿਆਂ ਦਾ ਨੰਬਰ 1 ਪ੍ਰਪੇਅਰ ਨਾ ਹੋਣਾ, ਤਿਆਰ ਨਹੀਂ ਬੱਚੇ। ਮੈਂ ਆਧਾਰ ਦੇ ਦਿੰਦਾ ਹਾਂ ਕਿ ਮੈਂ ਰੋਜ਼ ਸਾਡੇ ਉੱਥੇ ਪੰਜਾਬ ਭਵਨ ਦੇ ਵਿੱਚ 8-10 ਬੱਚੇ, ਜੇ ਕੋ ਘਰ ਰਹਿਣ ਨੂੰ ਨਹੀਂ ਗਾ, ਜੇ ਕੋ ਫੀਸ ਨਹੀਂ ਆ, ਜੇ ਕੋ ਖਾਣ ਨੂੰ ਨਹੀਂ ਆ, ਜਿਹੜਾ ਉੱਧਰ ਗਿਆ, ਜਿਹੜਾ ਬੈਡ ਸੁਸਾਇਟੀ 'ਚ ਪੈ ਗਿਆ, ਅਸੀਂ ਰੋਜ਼ ਉਹਨਾਂ ਨੂੰ ਗੱਲ ਨਾਲ ਲਾਉਂਦੇ ਹਾਂ। ਬਹੁਤ ਹਰ ਰੋਜ਼ ਮੈਂ ਇੱਕ ਕਿਤਾਬ ਲਿਖ ਸਕਦਾ ਬੱਚਿਆਂ ਦੀਆਂ ਸਟੋਰੀਆਂ 'ਤੇ, ਜੋ ਮੈਂ ਉੱਥੇ ਦੇਖਦਾ ਹਾਂ, ਸੁਣਦਾ ਨਹੀਂ, ਰੋਜ਼ ਆਪ ਦੇਖਦਾ ਹਾਂ। ਬੱਚੇ ਅਨਪਲੈਨ ਜਾਂਦੇ ਨੇ, ਇੱਥੇ ਬੱਚਾ 10ਵੀਂ 12ਵੀਂ ਗ੍ਰੇਡ 'ਤੇ ਹਲੇ ਰਿਜ਼ਲਟ ਨਹੀਂ ਆਏ ਤਾਂ ਉਹਨੂੰ ਆਈਲੈਸ ਕਰਨ ਭੇਜ ਦਿੱਤਾ। ਪਿਛਲੇ 12 ਸਾਲ ਉਹ ਪੜ੍ਹਾਇਆ, ਉਹਨੂੰ ਬਹੁਤ ਇੰਤਜ਼ਾਰ ਲਾ ਕੇ ਪੜ੍ਹਾਇਆ, ਪਰ ਉਹਨੂੰ ਚਾਹ ਬਣਾਉਣੀ ਨਹੀਂ ਸਿਖਾਲੀ, ਉਹਨੂੰ ਕੱਪੜਾ ਪ੍ਰੈਸ ਕਰਨਾ ਨਹੀਂ ਸਿਖਾਲਿਆ, ਉਹਨੂੰ ਦਾਲ ਬਣਾਉਣੀ ਨਹੀਂ ਸਿਖਾਲੀ, ਉਹਨੂੰ ਇਕੱਲਾ ਰਹਿਣਾ ਨਹੀਂ ਸਿਖਾਲਿਆ। ਇੱਥੋਂ ਤੱਕ ਅਸੀਂ ਤਾਂ ਉਹਨਾਂ ਤੋਂ ਨੋਟ ਗਿਣਨੇ ਵੀ ਨਹੀਂ ਸਿਖਾਲੇ, ਉਹਨਾਂ ਤੋਂ ਰੁਪਈਏ ਵੀ ਨਹੀਂ ਗਿਣਾ ਹੁੰਦੇ, ਉਹਨਾਂ 10,000 ਰੁਪਈਆ ਫੜਾ ਲਓ, ਉਹਨੇ 6,000 ਹੀ ਗਿਣ ਕੇ ਕਹਿਣਾ 9600 ਜਾਂ 9800 ਆ, ਕਿਉਂ ਉਹਨਾਂ ਦੀ ਫੀਸਾਂ ਗਈ ਗਈਆਂ, ਉਹਨਾਂ ਨੂੰ ਖਰਚਾ ਮਿਲੀ ਗਿਆ, ਉਹਨਾਂ 'ਤੇ ਬੋਝ ਹੀ ਨਹੀਂ ਪਿਆ। ਮੇਰੇ ਬਾਬਾ ਜੀ ਕਹਿੰਦੇ ਹੁੰਦੇ ਸੀ, ਬੜੇ ਮੈਂ ਜ਼ਿਮੀਂਦਾਰ ਪਰਿਵਾਰ ਦਾ, ਸਿੰਪਲ ਜਿਹਾ ਪਰਿਵਾਰ ਦਾ ਮੁੰਡਾ, ਉਹ ਸਾਨੂੰ ਕਹਿੰਦੇ ਹੁੰਦੇ ਸੀ ਵੀ ਜਿੰਨਾ ਅਸੀਂ ਤੈਨੂੰ ਚੰਡ ਲਈਏ ਪੁੱਤ, ਉਨੇ ਅਸੀਂ ਸੁਖੀ ਰਹਿਣਾ। ਬੱਚਿਆਂ ਨੂੰ ਤਾਂ ਅਸੀਂ ਹਵਾ ਨਹੀਂ ਲੱਗਣ ਦਿੰਦੇ ਮਾੜੀ ਜਿਹੀ ਵੀ, ਬੱਚਿਆਂ ਨੂੰ ਤਾਂ ਅਸੀਂ ਬੱਸੇ ਨਹੀਂ ਚੜ੍ਹਨ ਦਿੰਦੇ, ਹਾਸ਼ਾ ਬਾਹਰ ਧੋਪਿਆ ਅਸੀਂ ਸਕੂਟਰ 'ਤੇ ਛੱਡਿਆ ਆਉਂਦੇ ਹਾਂ। ਬੱਚਿਆਂ ਨੂੰ ਕੌਨਫੀਡੈਂਸ ਨਹੀਂ ਆ ਬੱਚਿਆਂ ਦੇ ਵਿੱਚ, ਬੱਚੇ ਇਕੱਲੇ। ਸਭ ਤੋਂ ਵੱਡੀ ਬਿਮਾਰੀ ਇਸ ਵੇਲੇ ਕੈਨੇਡਾ ਦੇ ਵਿੱਚ ਆ ਬੀਂਗ ਅਲੋਨ, ਕੱਚੇ ਇਕੱਲੇ ਰਹਿ ਗਿਆ ਬੱਚੇ, ਫੀਸ ਨਹੀਂ, ਪੈਸੇ ਨਹੀਂ, ਖਾਣਾ ਨਹੀਂ ਅਤੇ ਇਕੱਲੇ। ਫਿਰ ਉਹਨੂੰ ਸਾਇਲੈਂਟ ਅਟੈਕ, ਜੇ ਅਟੈਕ, ਬੋ ਅਟੈਕ ਦਾ ਅਸੀਂ ਨਾਂ ਦਿੰਦੇ ਹਾਂ, ਮਗਰ ਉਹ ਸਟ੍ਰੈਸ ਹੁੰਦੀ ਹੈ। ਪਰ ਮੈਂ ਲੰਮੀ ਗੱਲ ਨੂੰ ਇਹਨੂੰ ਛੋਟੀ ਕਰਦਾ। ਦੋਸਤੋ, ਤੁਸੀਂ ਮੀਡੀਆ ਵਿੱਚ ਹੋ, ਹਾਲਾਤ ਠੀਕ ਨਹੀਂ ਗੇ, ਬਹੁਤ ਦੁਖਦਾਈ ਖਬਰ, ਅੱਖਾਂ 'ਚੋਂ ਹੰਝੂ ਆਉਂਦੇ ਨੇ ਉਹਨਾਂ ਬੱਚਿਆਂ ਨੂੰ, ਇਨੋਸੈਂਟ ਬੱਚੇ ਜਿਹੜੇ ਬਹੁਤ ਪੈਸਾ ਲਾ ਚੁੱਕੇ ਨੇ, 20-25 ਲੱਖ ਰੁਪਇਆ ਖਰਚ ਚੁੱਕੇ ਨੇ, ਮਾਂ ਬਾਪ ਨੇ ਵੀ ਜਦੋਂ ਚੜ੍ਹਾਇਆ ਸੀ ਉਹ ਤਾਂ ਇਸ ਵੇਸ ਨਾਲ ਚੜ੍ਹਾ ਦਿੱਤਾ ਵੀ ਬੱਚਾ ਇੱਕ ਵਾਰੀ ਕੈਨੇਡੇ ਪਹੁੰਚ ਗਿਆ ਤਾਂ ਅਸੀਂ ਤਰ ਗਏ। ਹੁਣ ਜਿਹੜੀਆਂ ਪੋਲਸੀਜ਼ ਨੇ, ਪੋਲਸੀ ਮੁਤਾਬਕ ਮੈਂ ਰਾਤ ਵੀ ਕੁਛ ਪੜ੍ਹ ਰਿਹਾ ਸੀਗਾ, ਆਉਣ ਵਾਲੇ 12 ਮਹੀਨਿਆਂ ਦੇ ਵਿੱਚ ਤਕਰੀਬਨ 4 ਲੱਖ ਬੱਚਿਆਂ ਦਾ ਫਿਊਚਰ ਡਾਵਾਂਡੋਲ ਹੈ। ਅੱਜ ਦੀ ਪੋਲਸੀ ਮੁਤਾਬਕ ਕਦੇ ਵੀ PR ਨਹੀਂ ਹੋ ਸਕਦੇ। ਅਤੇ ਤੁਸੀਂ ਕੱਲ੍ਹ ਪਰਸੋਂ 'ਤੇ ਖਬਰ ਨਵੀਂ ਸੁਣੀ ਆ ਜਿਹੜੀ ਕਿ ਉਹਨੇ ਸਟੂਡੈਂਟਸ ਦਾ ਬਿਲਕੁਲ ਹੀ ਬੰਦ ਕਰਤਾ ਆ, ਤੁਹਾਡਾ 10 ਸਾਲ ਵਾਲਾ ਵੀਜ਼ਾ ਵੀ ਬੰਦ ਕਰਤਾ ਆ। ਇਹ ਸਾਰੀ ਦੇਣ ਕਾਹਦੀ ਹੈ? ਸਾਡੇ ਵੱਲੋਂ ਪੰਜਾਬ 'ਚੋਂ ਅਨਪਲੈਨ ਗਿਆ ਬੱਚੇ, ਅਤੇ ਬੱਚੇ ਜਿਹੜੇ ਉੱਥੇ ਜਾ ਕੇ, ਉਹ ਹੈ ਥੋੜ੍ਹੀ ਤਾਦਾਦ ਨੇ,
पर उन्होंने जो उत्थे रंग दिखाए सानू ਉਹ ਉਹਨਾਂ ਕਰਕੇ ਸਾਰਾ ਕੁਛ ਹੁਣ ਸਾਰੇ ਪੰਜਾਬ ਨੂੰ ਇਹ ਭੁਗਤਣਾ ਪੈਣਾ ਕਰਕੇ ਹੁਣ 5-6 ਸਾਲ ਤਾਂ ਦੇਖ ਲਿਓ ਕੁਛ ਚੇਂਜ ਨਹੀਂ ਆਉਣੀ ਜਦ ਉੱਥੇ ਦੇ ਹਾਲਾਤਾਂ ਨੂੰ ਸਿੱਧੇ ਹੁੰਦਿਆਂ 5-4 ਸਾਲ ਲੱਗ ਜਾਣੇ ਨੇ ਅਤੇ ਮੈਂ ਤੁਹਾਨੂੰ ਵੀ ਹੰਬਰ ਰਿਕੁਐਸਟ ਕਰੂੰ ਜਾਂ ਤੁਸੀਂ ਮੀਡੀਆ ਦੇ ਥਰੂ ਮਾਂ ਬਾਪ ਨੂੰ ਦੱਸੋ ਪਲੀਜ਼ ਬੱਚੇ ਨੂੰ ਇੱਥੇ ਤਿਆਰ ਕਰੋ ਬੱਚੇ ਨੂੰ ਹੋਰ ਉਚੇਰੀ ਵਿਦਿਆ ਦਿਓ ਉੱਥੇ ਕੁਛ ਚਾਂਸ ਹੈਗੇ ਨੇ ਜਿਹੜੇ ਪੀ ਆਰ ਬੱਚੇ ਹੋ ਸਕਦੇ ਨੇ ਬਹੁਤ ਉਚੇਰੀ ਵਿਦਿਆ ਵਾਲੇ ਬੱਚੇ ਨੇ ਇੱਥੇ ਬੱਚਿਆਂ ਨੂੰ ਬਿਜ਼ਨਸ ਖੋਲ੍ਹ ਕੇ ਦਿਓ ਪੰਜਾਬ 'ਚ ਵੀ ਕੋਈ ਘਾਟਾ ਨਹੀਂ ਹੈ ਕੰਮ ਜਿਹੜਾ ਕਰਨ ਦੀ ਆਦਤ ਉਹ ਕਿਤੇ ਵੀ ਚੱਲ ਜਾਏ ਉਹ ਕਦੇ ਵੀ ਭੁੱਖਾ ਨਹੀਂ ਮਰ ਸਕਦਾ ਸੋ ਪਲੀਜ਼ ਹੰਬਲ ਰਿਕੁਐਸਟ ਹਾਲੇ ਬੱਚੇ ਨਾ ਬਾਹਰ ਭੇਜੋ ਠੀਕ ਹੈ ਬਲਜੀਤ ਭਾਅ ਜੀ ਸੰਧੂ ਹਾਂਜੀ ਸੁਖੀ ਪਾਠ ਜੀ ਬਾਰੇ ਜੇ ਇੱਕ ਲਾਈਨ 'ਚ ਕਹਿਣਾ ਹੋਵੇ ਤਾਂ ਇਹ ਇੱਕ ਮਨੁੱਖ ਨਹੀਂ ਇੱਕ ਇਨਸਾਨ ਨਹੀਂ ਆਪਣੇ ਆਪ 'ਚ ਇੱਕ ਸੰਸਥਾ ਬਣ ਗਈ ਕਨੇਡਾ ਸਰੀ ਰਹਿੰਦੇ ਆ ਪੰਜਾਬ ਭਵਨ ਬਣਾਇਆ ਅਤੇ ਪੰਜਾਬ ਭਵਨ ਤੋਂ ਉੱਥੋਂ ਹੁੰਦਿਆਂ ਹੋਇਆਂ ਵੀ ਅਤੇ ਆਲੇ ਦੁਆਲੇ ਵੀ ਇੰਨਾ ਫੈਲੇ ਸਾਹਿਤਕ ਕੰਮ ਸੱਭਿਆਚਾਰਕ ਕੰਮ ਗੀਤ ਸੰਗੀਤ ਵਾਲੇ ਕੰਮ ਇਹਨਾਂ ਦਾ ਐਡਾ ਵੱਡਾ ਕਾਰੋਬਾਰ ਆ ਜਿਹੜਾ ਇਹ ਟਾਈਮ ਕੱਢ ਰਹੇ ਆ ਖਰਚਾ ਕਰ ਰਹੇ ਆ ਇਹਦਾ ਮਤਲਬ ਹੈ ਕਿ ਉਹ ਜਿਹੜੀ ਹੈਲਦੀ ਸੋਚ ਆ ਇਹਨਾਂ ਦੀ ਉੱਥੇ ਸੈਂਕੜੇ ਹਜ਼ਾਰਾਂ ਬੰਦੇ ਹੈਗੇ ਇਸੇ ਤਰ੍ਹਾਂ ਹੀ ਵੱਡੇ ਕਾਰੋਬਾਰਾਂ ਵਾਲੇ ਉਹਨਾਂ 'ਚੋਂ ਕੁਝ ਕੁ ਐਸੇ ਇਨਸਾਨ ਨੇ ਸੁਖੀ ਪਾਠ ਵਰਗੇ ਜਿਹੜੇ ਇਸ ਤਰ੍ਹਾਂ ਦੇ ਹੈਲਦੀ ਕੰਮ ਕਰ ਰਹੇ ਨੇ ਇੱਕ ਨਹੀਂ ਦੋ ਨਹੀਂ ਬਹੁਤ ਲੰਮੀ ਲਿਸਟ ਆ ਇਹਨਾਂ ਨੇ ਆਪਣੇ ਪ੍ਰੋਜੈਕਟਾਂ 'ਤੇ ਆਪਣੇ ਕੰਮ 'ਤੇ ਸੰਖੇਪ ਦੇ ਵਿੱਚ ਚਾਨਣਾ ਪਾਇਆ ਮੈਂ ਚਾਹੁੰਦਾ ਮੈਂ ਉਹ ਨਾਂ ਦੁਹਰਾਵਾਂ ਅਤੇ ਜਿਹੜਾ ਆਹ ਵੀ ਪ੍ਰੋਜੈਕਟ ਨਾ ਕਿ ਬਣੇ ਬਣਾਇਆ ਇਹਨੂੰ ਗਲ ਨਾਲ ਲਾਉਣਾ ਤਾਂ ਸੌਖਾ ਹੀ ਹੁੰਦਾ ਜਿਹੜੇ ਪੈਦਾ ਕਰਨੇ ਆ ਨਾ ਜਿਵੇਂ ਹੁਣ ਬਾਲ ਲੇਖਕ ਆ ਫਿਰ ਉਹਦੇ ਵਿੱਚ ਵੀ ਦੇਖੋ ਵੀ ਕਵਿਤਾ ਮੁਕਾਬਲੇ ਲੇਖ ਮੁਕਾਬਲੇ ਕਹਾਣੀ ਮੁਕਾਬਲੇ ਹਰ ਕੋਈ ਕਵਿਤਾ ਨਹੀਂ ਲਿਖ ਸਕਦਾ ਹਰ ਕੋਈ ਕਹਾਣੀ ਨਹੀਂ ਲਿਖ ਸਕਦਾ ਲੇਖ ਫਿਰ ਵੀ ਲਿਖ ਸਕਦੇ ਆ ਅਤੇ ਜਿਹੜਾ ਹੈ ਸਟੇਜਾਂ 'ਤੇ ਚੜ੍ਹਾਉਣਾ ਕਿਤਾਬਾਂ ਛਾਪਣਾ ਸੌਖਾ ਨਹੀਂ ਹੈ ਕਿਤਾਬਾਂ ਪੰਜਾਬੀ 'ਚ ਅਜੇ ਵੀ ਲੇਖਕ ਲੋਕ ਪੈਸੇ ਦੇ ਦੇ ਕੇ ਛਪਾਉਂਦੇ ਆ ਜਿਨ੍ਹਾਂ ਦੀ ਰਚਨਾ ਛਪ ਜਾਂਦੀ ਆ ਇੱਕ ਹੋਰ ਮੈਨੂੰ ਵਿੱਚੇ ਗੱਲ ਕਹਿਣੀ ਬਣਦੀ ਆ ਸਮਝਿਆ ਜਾਂਦਾ ਵੀ ਇਹ ਹੁਣ ਚੈਨਲਾਂ ਦਾ ਯੁੱਗ ਆ ਡਿਜੀਟਲ ਯੁੱਗ ਆ ਅਤੇ ਵੀ ਕਿਤਾਬਾਂ ਨੂੰ ਕੌਣ ਪੁੱਛਦਾ ਮੈਂ ਤਾਂ ਆਪ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਵੀ ਦੇਖਦਾ ਕੁਸ਼ਤੀਆਂ ਵੀ ਦੇਖਦਾ ਪੰਜਾਬ 'ਚ ਮੇਲੇ ਸੱਭਿਆਚਾਰਕ ਮੇਲੇ ਕਬੱਡੀ ਟੂਰਨਾਮੈਂਟਾਂ ਦੇ ਉੱਤੇ ਵੀ ਜਿਹੜੇ ਬੁੱਕ ਸਟਾਲ ਲੱਗੇ ਹੁੰਦੇ ਜਿਹੜੀ 100-200 ਕਿਤਾਬ ਕਿਸੇ ਵੇਲੇ ਛਪਦੀ ਹੁੰਦੀ ਸੀ 500 ਉਹ 2-2 ਹਜ਼ਾਰ 5-5 ਹਜ਼ਾਰ ਕਿਤਾਬ ਛਪਦੀ ਵੀ ਆ ਅਤੇ ਵਿਕਦੀ ਵੀ ਆ ਸੋ ਇਹ ਜਿਹੜਾ ਹੈਗਾ ਇਹਨਾਂ ਇੱਥੇ ਤੱਕ ਦੀ ਜਿਹੜੀ ਇਹ ਗੱਲ ਆਉਂਦੀ ਆ ਇਹਨਾਂ ਵਿੱਚ ਸੁਖੀ ਪਾਠ ਜੀ ਹੋਣਾ ਦਾ ਬਹੁਤ ਯੋਗਦਾਨ ਆ ਅਤੇ ਹੁਣ ਦੇਖੋ ਨਾ ਇਹਨਾਂ ਦਾ ਉੱਥੇ ਬੈਠਿਆ ਵੀ ਸਰ ਸਕਦਾ ਸੀ ਉੱਥੇ ਵੀ ਕੈਨੇਡਾ 'ਚ ਵੀ ਕਰਵਾ ਸਕਦੇ ਸੀ ਲੇਕਿਨ ਸੰਗਰੂਰ ਜਾਣਾ ਚੰਡੀਗੜ੍ਹ ਫਗਵਾੜਾ ਲੁਧਿਆਣਾ ਇਹ ਜਿਹੜਾ ਇਹਨਾਂ ਦੀ ਭਾਵਨਾ ਇਹਨਾਂ ਦੀ ਸੋਚ ਆ ਉਹਨੂੰ ਮੇਰੇ ਵੱਲੋਂ ਸਲਿਊਟ ਆ ਅਤੇ ਅਸੀਂ ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਆਪੋ ਆਪਣੀਆਂ ਸਾਰੇ ਅਸੀਂ ਜ਼ਿੰਮੇਵਾਰੀਆਂ ਸਮਝਦੇ ਹਾਂ ਅਤੇ ਫਿਰ ਇੱਕ ਵਾਰ ਮੈਂ ਇਹਨਾਂ ਦੇ ਪ੍ਰੋਜੈਕਟਾਂ ਨੂੰ ਇਹਨਾਂ ਦੇ ਕੰਮਾਂ ਨੂੰ ਦਾਤ ਦਿੰਦਾ ਥੈਂਕ ਯੂ ਸੋ ਮੱਚ ਥੈਂਕ ਯੂ ਦੇਖੋ ਇਹ ਜਦੋਂ ਮਤਲਬ ਮੇਰੀ ਤਾਂ ਉਮੀਦ ਤੋਂ ਹੀ ਮਤਲਬ ਹੈਰਾਨੀ ਕਰਨ ਵਾਲਾ ਪ੍ਰੋਜੈਕਟ ਹੈ ਵੀ ਇੱਕ ਲਹਿਰ ਬਣ ਗਈ ਪੂਰੀ ਬੱਚਿਆਂ ਦੇ ਲੇਖਣੀ ਦੀ ਅਤੇ ਇਸ ਯੁੱਗ 'ਚ ਜਦੋਂ ਜਿਹੜਾ ਮਤਲਬ ਇਹ ਕਹਿ ਲਓ ਵੀ ਉਹ ਆਦਾ ਇਹਦਾ ਹੀ ਯੁੱਗ ਹੈ ਇਸ ਸਕਰੀਨ ਦਾ ਅਤੇ ਕਮਾਲ ਦਾ ਪ੍ਰੋਜੈਕਟ ਇਹਨਾਂ ਦਾ ਹੈਗਾ ਮੈਨੂੰ ਲੱਗਦਾ ਤੁਹਾਨੂੰ ਵੀ ਇੰਨੀ ਉਮੀਦ ਨਹੀਂ ਸੀ ਹੋਣੀ ਨਹੀਂ ਸੀ ਨਾ ਜਦੋਂ ਸ਼ੁਰੂ ਕੀਤਾ ਸੀ ਮੈਂ ਮਤਲਬ ਇਹਨਾਂ ਨੂੰ ਵੀ ਨਹੀਂ ਸੀ ਇੰਨੇ ਵੀ ਇਸ ਤਰ੍ਹਾਂ ਇੰਨਾ ਹੁੰਗਾਰਾ ਮਿਲੇਗਾ ਅਤੇ ਇਸ ਤਰ੍ਹਾਂ ਹੋਏਗਾ ਅਤੇ ਇੰਨੀ ਇਨਵੋਲਵਮੈਂਟ ਹੋਈ ਫਿਰ ਬਹੁਤ ਅੱਛਾ ਅਤੇ ਆਪਾਂ ਨੂੰ ਤਾਂ ਇਸ ਗੱਲ ਦੀ ਬੜੀ ਖੁਸ਼ੀ ਹੈ ਅਤੇ ਇਹ ਇੱਕ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਇਹ ਕਾਰੋਬਾਰੀ ਨੇ ਬਿਜ਼ਨਸਮੈਨ ਨੇ ਅਤੇ ਪਰ ਆਪਣਾ ਦਸਵੰਧ ਕੱਢ ਕੇ ਜਿਹੜਾ ਉਹ ਆਪਣੇ ਪੰਜਾਬੀ ਰਵਾਇਤ ਹੈ ਦਸਵੰਧ ਕੱਢ ਕੇ ਉਹਦੇ 'ਚੋਂ ਉਹਦੇ ਨਾਲ ਹੀ ਸਾਰਾ ਕੁਝ ਕਰਦੇ ਨੇ ਅਤੇ ਦਸਵੰਧ ਤਾਂ ਬਹੁਤ ਕੱਢਦੇ ਨੇ ਪਰ ਇੰਨਾ ਸਮਾਂ ਲਾਉਣਾ ਇੰਨੀ ਮਿਹਨਤ ਕਰਨੀ ਇੰਨਾ ਟਰੈਵਲ ਕਰਨਾ ਇੰਨਾ ਘੁੰਮਣਾ ਇਹ ਕੋਈ ਵਿਰਲੇ ਹੀ ਕਰਦੇ ਨੇ ਅਤੇ ਉਹ ਇਹ ਹਾਂਜੀ ਠੀਕ ਹੈ ਜੀ ਸਾਰਿਆਂ ਨੂੰ ਜੀ ਹਾਂ ਥੈਂਕ ਯੂ ਵੈਰੀ ਮੱਚ ਹਾਂ ਵਨ ਟੂ ਵਨ ਕਰ ਲਓ ਹਾਂ